अस्सलाम वालेकुम दोस्तों दोस्तों उम्मीद करते हैं बिल्कुल ठीक ठाक खैर वास्ते ना होंगे। दोस्तों मैं थोड़ा अपना दोस्त मोहम्मद आफिफ थोड़े अपनी चैनल पिंक पंजाब से। दोस्तों आप जैस ट्रैक से वीडियो बनावेंगे, आओ हम आप चल रहे अपने वीडियो पर। मेन मुश्किल जगह वा जिसे कोई बच्चा नहीं खड़ा हो सकता, तकरीबन से एक्टिव बंदे ने खड़ा होना पैदा वा, क्योंकि इतने अगर बंदा भी ध्यान छुटे अंदर चला जाए तो सीधा बंदे की डेथ होने का ही डर होता वा। जी हाँ दोस्तों, आप हम भाई जी ने प्रैशर ले चला रहे अपने को इनफॉरमेशन। अस्सलाम वालेकुम भाई जान। वालेकुम सलाम। की नाम भाई जान तुहाडा? आतफ। आतफ भाई, मेरा नाम है हम नाम भी निकले आतफ भाई। अच्छा भाई जान, तुझे सब तो पहले दसो कि तुम प्रैशर किन्ने दी लई सी? है एक लई है 5 लाख। 5 लाख रुपए दी? बिल्कुल। अच्छा ते केड़ी कंपनी है? शालीमार। शालीमार। किन्ने कटर है? 100 कटर। 100 कटर का किन्ने दिन हो गए ले इन हुए? दो महीने। अच्छा 2 महीने हो गए थोड़ा मेरा पैसे ले हुई। बिल्कुल। तो कितना जी परफॉर्मेंस जा रही है? अल्लाह का शुक्र जबरदस्त जा रही है। ए वन जा रही है, यानी कि 2 महीने हो गए ले इन हुए, कोई नुकसान तो नहीं किया? नहीं कोई अच्छी नहीं। जिदा लैके मोदी की चलाई है बिल्कुल ओके चलन रही है, जबरदस्त चलती रही है। ਇਹਦਾ ਨਵੇੜਾ ਕਿੱਦਾਂ ਵਾ, ਯਾਨੀ ਕਿ ਕਿਚਨ ਦਾ ਅਗਾਲ ਕਿਚਨ ਦਾ ਕਿਚਨ ਦਾ ਕਿੱਦਾਂ ਹੋਵੇ? ਜ਼ਬਰਦਸਤ ਜਾ ਰਿਹਾ, ਬਹੁਤ ਜ਼ਬਰਦਸਤ ਜਾ ਰਿਹਾ, ਧੰਨਵਾਦ ਲੈ ਰਹੀ ਆ। ਅਗਰ ਕਣਕ ਸੁੱਕੀ ਹੋਈ ਹੋਵੇ ਤਾਂ ਘੰਟੇ 'ਚ ਕਿੰਨਾ ਨਵੇੜਾ ਕਰ ਲੈਂਦੀ ਹੈ? ਕਿੱਲਾ ਖਾ ਜਾਂਦੀ ਘੰਟੇ 'ਚ? ਜੇ ਘੰਟੇ 'ਚ ਕਿੱਲਾ ਖਾ ਜਾਂਦੀ ਆ, ਇਹ ਘੰਟੇ 'ਚ ਕਿੱਲਾ ਕੱਢ ਕੇ ਸੁੱਕੀ ਹੋਈ ਕਣਕ ਹੋਵੇ, ਗਿੱਲੀ ਹੋਵੇ ਤਾਂ ਟਾਈਮ ਜ਼ਿਆਦਾ ਲੱਗ ਜਾਂਦਾ? ਬਿਲਕੁਲ ਲੱਗ ਜਾਂਦਾ, ਜਿਹਦੇ ਨਾਲ ਕਿ ਉਹ 6 ਘੰਟੇ ਲੱਗ ਜਾਂਦੇ, 8 ਘੰਟੇ ਲੱਗ ਜਾਂਦੇ ਕਿੱਲੇ 'ਤੇ। ਅੱਛਾ, ਅਤੇ ਟਰੈਕਟਰ ਕਿਹੜਾ ਮਾਡਲ ਆ ਤੁਹਾਡਾ? ਇਹ 4 ਮਾਡਲ ਆ, ਪੀਅਡ ਆ। ਪੀਅਡ ਆ, 4 ਮਾਡਲ ਪੀਅਡ ਆ, ਯਾਨੀ ਕਿ ਤੁਹਾਡਾ ਆਪਣਾ ਜਾਤੀ ਹੈ? ਬਿਲਕੁਲ ਜਾਤੀ ਆ, ਤੁਸੀਂ ਚਲਾ ਰਹੇ ਹੋ? ਸਹੀ ਸਹੀ ਮੈਂ ਸ਼ਾਇਦ ਬਾਅਦ ਕੰਮ ਕੈਰਿਜ 'ਤੇ ਲੈ ਕੇ ਚਲਾਇਆ ਹੁੰਦਾ ਹੋਣਾ? ਨਹੀਂ। ਅੱਛਾ, ਅਤੇ ਯਾਨੀ ਕਿ ਘੰਟੇ ਦੇ 'ਚ ਕੀ ਐਵਰੇਜ ਆ ਰਹੀ ਹੈ ਜੀ ਡੀਜ਼ਲ ਦੀ? ਡੀਜ਼ਲ ਦੀ ਅਗਰ ਦਿੱਲੀ ਕਣਕ ਆ ਜਾਂਦੀ ਆ ਤਾਂ 8 ਤੱਕ ਪਹੁੰਚ ਜਾਂਦੀ ਆ। ਅੱਛਾ, ਅਗਰ ਸੁੱਕੀ ਆ ਹਾਂਜੀ 6, 6.5-7। ਅੱਛਾ ਸਹੀ, ਬਿਲਕੁਲ ਇੱਥੇ 'ਚ ਆ ਰਹੀ ਆ। ਅਤੇ ਯਾਨੀ ਕਿ ਇਹਦੀ ਇੰਜਨ ਦੀ ਕੰਡੀਸ਼ਨ ਕਿੱਦਾਂ ਆ? ਬਿਲਕੁਲ ਓਕੇ ਆ? ਬਿਲਕੁਲ ਠੀਕ ਲੱਗਦਾ ਜੀ, ਠੀਕ ਜਾ। ਅਤੇ ਨਾਲ ਜੈਨੂਅਨ ਇੰਜਨ ਆ ਜਾਂ ਦੁਬਾਰਾ ਇੰਜਨ ਕਰਵਾਇਆ ਹੋਇਆ ਇਹਦਾ? ਸਾਡੇ ਤੁਹਾਨੂੰ ਚਾਹੀ ਆ ਜੀ ਜੈਨੂਅਨ ਇੰਜਨ ਆ। ਅੱਛਾ, ਪਹਿਲਾਂ ਇੰਜਨ ਆ ਰਿਹਾ? ਅਤੇ ਜੋ ਤੁਸੀਂ ਲਿਆ ਉਸ ਇੰਜਨ 'ਤੇ ਤੁਸੀਂ ਚਲਾ ਰਹੇ ਹੋ? ਬਿਲਕੁਲ ਉਸੇ ਇੰਜਨ ਆ ਰਿਹਾ। ਯਾਨੀ ਕਿ ਇਹਦਾ ਮਾਸ਼ਾ ਅੱਲਾ ਕੋਈ ਨੁਕਸਾਨ ਨਹੀਂ ਜਿਹੜਾ ਆਇਆ ਤੁਹਾਡੇ ਕੋਲ? ਨਹੀਂ। ਤੁਸੀਂ ਕਿਹੜੇ ਮਾਡਲ 'ਚ ਲਿਆ, ਸਨ 'ਚ ਲਿਆ ਸੀ ਇਹ? ਯਾਦ ਨਹੀਂ, ਉਹ ਤੋਂ 3-4 ਸਾਲ ਪਹਿਲੇ ਲਿਆ। 4 ਸਾਲ ਪਹਿਲੇ ਲਿਆ ਸੀਗਾ? ਉਹਦੇ ਟਾਇਰ ਵੀ ਨਾਲ ਦੇ, ਬਾਕੀ ਹਰ ਚੀਜ਼ ਨਾਲ ਦੀ ਹੈ? ਸਹੀ, ਯਾਨੀ ਕਿ ਉਹ ਆਇਲ ਚੇਂਜ ਕਰ ਲੈਂਦੇ, ਟੂਨੇ ਕਰ ਲੈਂਦੇ, ਬਿਲਕੁਲ ਓਕੇ ਚੱਲਣ ਡਿਆ ਉਹਦੇ? ਚਲੋ ਬੜੀ ਮਿਹਰਬਾਨੀ ਬਾਈ ਜਾਨ, ਤੁਸੀਂ ਸਾਨੂੰ ਥੋੜ੍ਹੀ ਇਨਫੋਰਮੇਸ਼ਨ ਦਿੱਤੀ। ਓਕੇ ਮਾਫ਼ੀ। ਦੋਸਤੋ ਇਸ ਟਾਈਮ ਆਪਾਂ ਇਸ ਪ੍ਰੈਸ਼ਰ ਦੀ ਮੁਕੰਮਲ ਤਫਸੀਲਾਤ ਵੀ ਤੁਹਾਡਾ ਸਭ ਨੇ ਸਾਰੇ ਦੋਸਤਾਂ ਨਾਲ ਸ਼ੇਅਰ ਕੀਤੀ ਆ, ਯਾਨੀ ਕਿ ਜਿਹਨਾਂ ਭਾਈ ਨੇ ਲਈ ਸੀਗੀ ਆਪਾਂ ਉਹਨਾਂ ਕੋਲ ਮੁਕੰਮਲ ਤਫਸੀਲਾਂ ਤੇ ਪੁੱਛੀ ਆ ਕਿੰਨੇ ਦੀ ਲਈ ਆ, ਕਿੱਦਾਂ ਵਾ ਇਹਦੀ ਪਰਫੋਰਮੈਂਸ, ਕਿੱਦਾਂ ਜਾ ਰਹੀ ਆ। ਮੈਂ ਉਮੀਦ ਕਰਦਾ ਕਿ ਸਾਡੀ ਵੀਡੀਓ ਤੁਹਾਨੂੰ ਅੱਛੀ ਲੱਗੀ ਹੋਵੇਗੀ। ਇੱਦਾਂ ਦਾ ਹੋਰ ਮਜ਼ੀਦ ਵੀਡੀਓ ਦੇਖਣ ਲਈ ਸਾਡੇ ਚੈਨਲ ਪਿੰਕ ਪੰਜਾਬ ਨੂੰ ਸਬਸਕ੍ਰਾਈਬ ਕਰ ਲਓ, ਨਾਲ ਜਿਹੜਾ ਪਹਿਲਾ ਪਹਿਲੇ ਬਟਨ ਉਹਨੂੰ ਵੀ ਪ੍ਰੈਸ ਕਰ ਲੀਜੋ, ਤਾਂ ਕਿ ਅੱਗੇ ਆਉਣ ਵਾਲੇ ਦਿਨ ਮਜ਼ੀਦ ਵੀਡੀਓ ਜਲਦ ਤੋਂ ਜਲਦ ਤੁਹਾਡੇ ਤੱਕ ਪਹੁੰਚ ਸਕਣ। ਸਾਡਾ ਫੇਸਬੁੱਕ 'ਤੇ ਵੀ ਪੇਜ ਹੈਗਾ ਪਿੰਡ ਪੰਜਾਬ ਦੇ ਨਾਮ ਤੋਂ, ਅਸੀਂ ਉਹਦਾ ਲਿੰਕ ਥੱਲੇ ਦੇ ਦਾਂਗੇ, ਤੁਸੀਂ ਫੇਸਬੁੱਕ 'ਤੇ ਵੀ ਜਾ ਕੇ ਸਾਡੀ ਇੱਦਾਂ ਦਾ ਵੀਡੀਓ ਦੇਖ ਸਕਦੇ ਹੋ। ਅਤੇ ਅੱਗੇ ਵੀਡੀਓ ਤੱਕ ਸਾਨੂੰ ਦਿਓ ਇਜਾਜ਼ਤ। ਓਕੇ, ਅੱਲਾ ਹਾਫਿਜ਼।